ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡੇ ਆਪਣੇ ਚੈਨਲ ਐਸੋਮੈਟਿਕੀ ਸੋਲੂਸ਼ਨ ਤੇ ਮੈਂ ਤੁਹਾਡਾ ਦੋਸਤ ਵਿਰਿੰਦਰ ਲੈਕੋਨਹਾਰ ਹਰ ਉਸ ਨਵੀਆਂ ਤੇ ਤਾਜ਼ਾ ਅਪਡੇਟ ਅੱਜ ਗੱਲ ਕਰਾਂਗੇ ਪਟਵਾਰੀ ਪੋਸਟਾਂ ਦੀ ਜੋ ਕਿ ਪਟਵਾਰੀ ਪੰਜਾਬ ਪੋਸਟਾਂ ਨੇ 2021 ਦੀਆਂ ਆ ਚੁੱਕੀਆਂ ਨੇ ਉਹਨਾਂ ਦੇ ਟੈਸਟ ਦੀ ਜਿਹੜੀ ਅਪਡੇਟ ਆ ਗਈ ਆ ਉਹਦੇ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਹਰ ਉਸ ਨਵੀਆਂ ਤੇ ਤਾਜ਼ਾ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ ਮਾਲ ਪਟਵਾਰੀ ਨੇਰੀ ਪਟਵਾਰੀ ਦੇ ਜ਼ਿਲ੍ਹੇਦਾਰ ਦੀਆਂ 1152 ਅਸਾਮੀਆਂ ਲਈ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀ ਦੀ ਮੰਗ ਕੀਤੀ ਗਈ ਸੀ ਹੁਣ ਬੋਰਡ ਵੱਲੋਂ ਇਹਨਾਂ ਅਸਾਮੀਆਂ ਲਈ 2 ਮਈ 2021 ਦਿਨ ਐਤਵਾਰ ਲਿਖਤੀ ਪ੍ਰੀਖਿਆ ਲਈ ਜਾਵੇਗੀ। ਉਕਤ ਜਾਣਕਾਰੀ ਅੱਜ ਇੱਥੇ ਐਸਐਸ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪੂਰੀ ਜਾਣਕਾਰੀ ਜਿਹੜੀ ਦਿੱਤੀ ਸੀ ਕੀ ਉਹਨਾਂ ਨੇ ਕਿਹਾ ਵੀ 2,34,000 ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਪਟਵਾਰੀ ਦਾ ਟੈਸਟ ਤੇ ਜਿਹੜੇ ਪਹਿਲੇ ਟੈਸਟ ਦੇ ਵਿੱਚੋਂ ਮੈਰਿਟ ਦੇ ਵਿੱਚ ਆਉਣਗੇ ਉਸ ਨੂੰ 10 ਗੁਣਾ ਉਮੀਦਵਾਰਾਂ ਨੂੰ ਦੂਸਰੇ ਚਾਰੰਦੀ ਪ੍ਰੀਖਿਆ ਦੇ ਲਈ ਇਹ ਇਨਵਾਈਟ ਕੀਤਾ ਜਾਊਗਾ ਬੁਲਾਇਆ ਜਾਊਗਾ ਇੱਕ ਸੱਦਾ ਦਿੱਤਾ ਜਾਊਗਾ ਜਿਹੜੇ ਪਹਿਲੇ ਪ੍ਰੀਖਿਆ ਦੇ ਵਿੱਚੋਂ ਕੈਂਡੀਡੇਟ ਮੈਰਿਟ ਦੇ ਵਿੱਚ ਆਉਣਗੇ ਤੇ ਦੋਸਤੋ ਇਹ ਸੀ ਆਪਣੀ ਅੱਜ ਦੀ ਅਪਡੇਟ ਹਰ ਰੋਜ਼ ਨਵੀਆਂ ਤੇ ਤਾਜ਼ਾ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਮਿਲਦੇ ਆ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ